ਪ੍ਰਾਈਮ ਹੈਪਨਿੰਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਨਿਧੀ ਚੁੱਗ। ਜਿਵੇਂ ਕਿ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਹੈ ਕਿ ਮੈਂ ਇਸ ਵੇਲੇ ਸਟੂਡੀਓ 'ਚ ਵੀ ਹੈਗੀ। ਹਾਂਜੀ, ਮੈਂ ਹੈਗੀ ਹਾਂ ਫਿਲਮ ਪੰਜਾਬ ਸਿੰਘ ਦੇ ਸੈੱਟ 'ਤੇ। ਸਾਡੇ ਨਾਲ ਮੌਜੂਦ ਨੇ ਕੁਲਜਿੰਦਰ ਸਿੰਘ ਸਿੱਧੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੁਲਜਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਬਿਜ਼ੀ ਸ਼ਡਿਊਲ 'ਚੋਂ ਸਾਡੇ ਲਈ ਥੋੜ੍ਹਾ ਸਮਾਂ ਕੱਢਿਆ। ਥੈਂਕ ਯੂ ਜੀ, ਮਿਹਰਬਾਨੀ। ਖੁਸ਼ੀ ਹੈ ਕਿ ਪ੍ਰਾਈਮ ਏਸ਼ੀਆ ਦੀ ਟੀਮ ਸਾਡੇ ਵਿਹੜੇ ਆਈ ਹੈ, ਸੋ ਵੈਲਕਮ। ਥੈਂਕ ਯੂ ਕੁਲਜਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਤਾਂ ਪੰਜਾਬ ਸਿੰਘ ਫਿਲਮ ਬਾਰੇ ਕੁਝ ਜਾਣਨਾ ਚਾਹਾਂਗੇ, ਇਸ ਫਿਲਮ ਬਾਰੇ ਸਾਨੂੰ ਦੱਸੋ ਕੁਝ। ਜੀ, ਪੰਜਾਬ ਸਿੰਘ ਫਿਲਮ ਜਿਹੜੀ ਹੈ ਜੀ, ਇਹ ਗੁਰਜਿੰਦ ਮਾਨ ਹੁਣਾਂ ਨੇ ਲਿਖੀ ਹੈ, ਸੋ ਬੜੀ ਕਮਾਲ ਦੀ ਸਟੋਰੀ ਹੈ। ਜਦੋਂ ਇਹਨਾਂ ਨੇ ਮੈਨੂੰ ਸੁਣਾਈ ਸੀਗੀ, ਮੈਨੂੰ ਇਹ ਚਾਹੁੰਦੇ ਸੀ ਕਿ ਇਸ ਫਿਲਮ ਦਾ ਜਿਹੜਾ ਮੇਨ ਕਿਰਦਾਰ ਹੈ ਖਲਨਾਇਕ ਦਾ, ਮੈਂ ਉਹ ਭੂਮਿਕਾ ਅਦਾ ਕਰਾਂ, ਸੋ ਮੈਂ ਸਟੋਰੀ ਸੁਣੀ, ਮੈਨੂੰ ਬਹੁਤ ਚੰਗੀ ਲੱਗੀ, ਸੋ ਉਹਦੇ ਬੇਸ ਦੇ ਉੱਤੇ ਮੈਂ ਡਿਸੀਜਨ ਲਿਆ ਕਿ ਫਿਲਮ ਕਰਨੀ ਚਾਹੀਦੀ ਹੈ। ਸੋ ਇਹਦੇ ਡਾਇਰੈਕਟਰ ਤਾਜ ਨੇ, ਸੋ ਜਿਨ੍ਹਾਂ ਨੇ ਬਹੁਤ ਸਾਰੀਆਂ ਸੈਂਕੜੇ ਵੀਡੀਓਜ਼ ਕੀਤੀਆਂ ਨੇ, ਮਿਊਜ਼ਿਕ ਵੀਡੀਓਜ਼। ਸੋ ਐਕਸ਼ਨ ਇਹਦਾ ਕੇ ਗਣੇਸ਼ ਕਰ ਰਹੇ ਨੇ, ਜਿਹੜੇ ਸਾਊਥ ਦੇ ਬਹੁਤ ਹੀ ਵੱਡੇ ਐਕਸ਼ਨ ਡਾਇਰੈਕਟਰ ਨੇ, ਬਾਹੂਬਲੀ ਵਰਗੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਨੇ ਬਤੌਰ ਐਕਸ਼ਨ ਡਾਇਰੈਕਟਰ। ਸੋ ਇਸ ਤਰ੍ਹਾਂ ਪ੍ਰੋਡਿਊਸਰ ਇਹਦੇ ਮਾਹੀ ਗਿੱਲ ਨੇ, ਸੋ ਇਹ ਸਾਰੀ ਟੀਮ ਹੈ। ਔਰ ਕੁਲਜਿੰਦਰ ਸਿੰਘ ਜੀ, ਤੁਸੀਂ ਇੰਨੀਆਂ ਫਿਲਮਾਂ ਹੁਣ ਤੱਕ ਕਰ ਚੁੱਕੇ ਹੋ, ਤੁਹਾਨੂੰ ਇਹ ਫਿਲਮ ਆਪਣੀ ਬਾਕੀ ਫਿਲਮਾਂ ਨਾਲੋਂ ਕਿਵੇਂ ਵੱਖਰੀ ਲੱਗਦੀ ਹੈ? ਦੇਖੋ, ਇਹ ਫਿਲਮ ਡੈਫੀਨੇਟਲੀ ਬਾਕੀ ਫਿਲਮਾਂ ਨਾਲੋਂ ਕਈ ਲਿਹਾਜ਼ ਤੋਂ ਵੱਖਰੀ ਹੈ। ਸੋ ਇੱਕ ਤਾਂ ਇਹਦੇ 'ਚ ਖਲਨਾਇਕ ਦੀ ਭੂਮਿਕਾ ਜਿਹੜੀ ਮੈਂ ਕਰ ਰਿਹਾ, ਸੋ ਉਹ ਬਹੁਤ ਕਰਕੇ ਮੈਨੂੰ ਸਵਾਦ ਆ ਰਿਹਾ। ਸੋ ਬੜੀ ਵਧੀਆ ਇੰਟਰਸਟਿੰਗ ਕਰੈਕਟਰ ਹੈ ਮੇਰਾ ਲਾਲੀ ਸਰਕਾਰੀਆ ਦਾ, ਬਹੁਤ ਹੀ ਸੋਹਣਾ ਲਿਖਿਆ ਗੁਰਜਿੰਦ ਨੇ। ਸੋ ਬਾਕੀ ਜਿਹੜੀਆਂ ਪਹਿਲੀਆਂ ਮੇਰੀਆਂ ਦੋ ਤਿੰਨ ਫਿਲਮਾਂ ਸੀਗੀਆਂ, ਮੈਂ ਬਤੌਰ ਪ੍ਰੋਡਿਊਸਰ ਵੀ ਕੀਤੀਆਂ, ਜਿਹੜੀ ਮਿੰਨੀ ਪੰਜਾਬ ਤੋਂ ਮੈਂ ਸ਼ੁਰੂਆਤ ਕੀਤੀ ਸੀ ਇਸ ਇੰਡਸਟਰੀ ਦੇ ਵਿੱਚ। ਸੋ ਮਿੰਨੀ ਪੰਜਾਬ ਗੁਰਦਾਸ ਮਾਨ ਸਾਹਿਬ ਉਹਨਾਂ ਨੂੰ ਲੈ ਕੇ ਅਸੀਂ ਬਣਾਈ ਸੀਗੀ। ਸੋ ਉਸ ਤੋਂ ਬਾਅਦ ਸਾਡਾ ਹੱਕ ਅਤੇ ਜਿਹੜੀ ਯੋਧਾ ਸੀਗੀ, ਉਹ ਮੈਂ ਬਤੌਰ ਐਕਟਰ, ਰਾਈਟਰ ਐਂਡ ਪ੍ਰੋਡਿਊਸਰ ਕੀਤੀਆਂ ਸੀਗੀਆਂ। ਫਿਰ ਉਸ ਤੋਂ ਬਾਅਦ ਇੱਕ ਸ਼ਰੀਕ ਫਿਲਮ ਆਈ ਸੀ, ਜਿਹਦੇ 'ਚ ਮੈਨੂੰ ਇੱਕ ਅਲੱਗ ਗ੍ਰੇ ਸ਼ੇਡ, ਆਪਣੀ ਨੈਗੇਟਿਵ ਸ਼ੇਡ ਦਿਖਾਉਣ ਦਾ ਮੌਕਾ ਮਿਲਿਆ ਸੀਗਾ, ਨਵਨੀਤ ਸਿੰਘ ਹੁਣਾਂ ਦੀ ਉਹ ਫਿਲਮ ਸੀਗੀ। ਸੋ ਉਸ ਫਿਲਮ ਤੋਂ ਬਾਅਦ ਇੰਡਸਟਰੀ ਦੇ ਵਿੱਚ ਮੈਨੂੰ ਕਾਫੀ ਜ਼ਿਆਦਾ ਵਿਲਨ ਦੀਆਂ ਔਫਰਸ ਆਈਆਂ, ਬਹੁਤ ਜ਼ਿਆਦਾ ਪੋਜ਼ਿਟਿਵ ਦੀਆਂ ਮੈਂ ਕਹੂੰਗਾ 30% ਆਈਆਂ, ਨੈਗੇਟਿਵ ਦੀਆਂ 70% ਲੋਕ ਮੈਨੂੰ ਚਾਹੁੰਦੇ ਸੀ ਕਿ ਤੂੰ ਉਹੋ ਜਿਹਾ ਕੁਛ ਪਾਲੀ ਜੱਟ ਵਰਗਾ, ਤੇਰੇ ਕੋਲ ਅਸੀਂ ਦੁਬਾਰਾ ਕੁਛ ਕਰਾਉਣਾ ਚਾਹੁੰਦੇ ਉਸ ਤੋਂ ਵੱਡੇ ਲੈਵਲ ਦਾ। ਅਤੇ ਉਹ ਮੈਂ ਕਾਫੀ ਆਈਆਂ ਔਫਰਸ, ਬਾਅਦ ਮੈਨੂੰ ਕੋਈ ਬਾਹਲਾ ਇੰਟਰਸਟਿੰਗ ਲੱਗੀਆਂ ਨਹੀਂ। ਸੋ ਉਹਦੇ 'ਚੋਂ ਇਹ ਫਿਲਮ ਮੈਨੂੰ ਜਿਹੜੀ ਸੀ ਇਹ ਇੰਟਰਸਟਿੰਗ ਲੱਗੀ, ਓਵਰਆਲ ਸਕ੍ਰਿਪਟ ਦੇ ਲਿਹਾਜ਼ ਨਾਲ ਅਤੇ ਆਪਣੇ ਕਰੈਕਟਰ ਦੇ ਲਿਹਾਜ਼ ਨਾਲ, ਸੋ ਇਸ ਕਰਕੇ ਮੈਂ ਇਹ ਹੁਣ ਕਰ ਰਿਹਾ। ਤੁਹਾਡੇ ਹਿਸਾਬ ਨਾਲ ਪੋਜ਼ਿਟਿਵ ਰੋਲ ਜਦੋਂ ਤੁਸੀਂ ਅਦਾ ਕਰਦੇ ਹੋ ਅਤੇ ਜਦੋਂ ਨੈਗੇਟਿਵ ਰੋਲ ਅਦਾ ਕਰਨਾ ਹੁੰਦਾ ਤਾਂ ਕਿੰਨਾ ਕੁ ਫਰਕ ਆ ਜਾਂਦਾ ਉਹਦੇ ਵਿੱਚ, ਕਿ ਕੋਈ ਖਾਸ ਤਿਆਰੀ ਦੀ ਲੋੜ ਪੈਂਦੀ ਹੈ ਜਾਂ ਆਪਣੇ ਆਪ ਨੂੰ ਉਨਾ ਜ਼ਿਆਦਾ ਹੀ, ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਨੈਗੇਟਿਵ ਨਹੀਂ ਦੇਖਣਾ ਜਿੰਨਾ ਸਾਨੂੰ ਸੈੱਟ ਤੋਂ ਦੇਖਣਾ ਪੈਂਦਾ? ਹਾਂ, ਡੈਫੀਨੇਟਲੀ ਨੈਗੇਟਿਵ ਦੇ ਵਿੱਚ ਮੈਨੂੰ ਸਵਾਦ ਆ ਰਿਹਾ ਓਨੈਸਟਲੀ, ਕਿਉਂਕਿ ਤੁਸੀਂ ਬਹੁਤ ਕੁਛ ਖੇਡ ਸਕਦੇ ਹੋ। ਤੁਸੀਂ, ਤੁਹਾਡੇ ਕੋਲ ਨਾ ਇੱਕ ਜਦੋਂ ਨੈਗੇਟਿਵ ਕਿਰਦਾਰ ਹੁੰਦਾ, ਤੁਹਾਡੇ ਕੋਲ ਬਹੁਤ ਜ਼ਿਆਦੀਆਂ ਵੇਰੀਏਸ਼ਨਸ ਕਰਨ ਦਾ ਸਕੋਪ ਹੁੰਦਾ, ਅਤੇ ਉਹ ਮੈਨੂੰ ਕਰਕੇ ਮਜ਼ਾ ਆ ਰਿਹਾ ਐਜ਼ ਐਨ ਐਕਟਰ। ਅਤੇ ਆਈ ਥਿੰਕ ਮੈਂ ਨੈਗੇਟਿਵ ਪੋਜ਼ਿਟਿਵ ਦੋਵੇਂ ਹੀ ਕਿਰਦਾਰ ਜਿਹੜੇ ਕਰਦਾ ਰਹੂੰਗਾ ਆਉਣ ਵਾਲੇ ਟਾਈਮ 'ਚ। ਤੁਸੀਂ ਆਪਣੀ ਲੁੱਕ 'ਤੇ ਵੀ ਕਾਫੀ ਕੰਮ ਕੀਤਾ ਲੱਗਦਾ ਪਿਆ ਹੈਗਾ, ਇਸ ਬਾਰੇ ਕੁਝ ਦੱਸੋ ਸਾਨੂੰ ਹੋਰ। ਲੁੱਕ 'ਤੇ ਕੰਮ ਇੱਦਾਂ ਹੋ ਗਿਆ ਜੀ ਕਿ ਜਦੋਂ ਮੈਂ ਇਸ ਟੀਮ ਨੂੰ ਮਿਲਿਆ ਸੀਗਾ, ਜਿਨ੍ਹਾਂ ਦੇ ਮੈਂ ਨਾਲ ਹੈ ਗੁਰਜਿੰਦ ਮਾਨ, ਤਾਜ, ਮਾਹੀ, ਔਲਖ, ਸੋ ਇਹਨਾਂ ਨਾਲ ਮੇਰੀ ਜਦੋਂ ਮੀਟਿੰਗ ਹੋਈ ਇੱਕ ਹੋਟਲ ਦੇ ਵਿੱਚ, ਅਤੇ ਮੈਂ ਉਹ ਮੇਰੀ ਉਹੀ ਲੁੱਕ ਸੀਗੀ ਪਾਲੀ ਦੇ ਕਿਰਦਾਰ ਵਾਲੀ, ਅਤੇ ਗੁਰਜਿੰਦ ਕਹਿੰਦਾ ਮੈਨੂੰ ਇਹੀ ਲੁੱਕ ਚਾਹੀਦੀ ਹੈ ਆਪਣਾ, ਸੋਰੀ ਤਾਜ ਡਾਇਰੈਕਟਰ। ਅਤੇ ਮੈਂ, ਕਿਉਂਕਿ ਮੈਨੂੰ ਪਤਾ ਸੀ ਮੇਰੀ ਇਹ ਲੁੱਕ ਚੇਂਜ ਹੋ ਜਾਣੀ, ਕਿਉਂਕਿ ਮੈਂ ਉੱਥੇ ਕੁਛ ਇੱਕ ਪ੍ਰੋਜੈਕਟ ਕਰ ਰਿਹਾ ਸੀਗਾ ਬੰਬੇ ਦੇ ਵਿੱਚ, ਅਤੇ ਮੈਂ ਕਿਹਾ ਕੋਈ ਨਹੀਂ ਆ, ਮੈਂ ਆਪਣੇ ਮਨ 'ਚ ਹੀ ਸੋਚਿਆ ਕਿ ਤੁਹਾਨੂੰ ਅਲੱਗ ਅਤੇ ਨਵੀਂ ਇੱਕ ਡਿਫਰੈਂਟ ਲੁੱਕ ਦੇਵਾਂਗੇ ਫੋਰ ਦਿਸ ਕਰੈਕਟਰ ਲਾਲੀ ਸਰਕਾਰੀਆ ਜਿਹੜਾ ਇਹਨਾਂ ਨੇ ਲਿਖਿਆ ਸੀ। ਸੋ ਆਪਣੇ ਆਪ ਹੀ ਹੇਅਰ ਸਟਾਈਲ ਜੇ ਵੋ ਤਾਂ ਮੈਂ ਆਪ ਹੀ ਕ੍ਰੀਏਟ ਕਰ ਲਏ, ਬਾਕੀ ਇਹ ਜਿਹੜਾ ਕੋਸਟਿਊਮ ਹੈ ਇਹ ਸੁਪ੍ਰੀਤ ਹੈਗੀ ਆ ਜਿਹਨੇ ਸਾਡੇ ਕੋਸਟਿਊਮ ਕੀਤੇ ਆ, ਸੋ ਮਿਲ ਜੁਲ ਕੇ ਇਹ ਲੁੱਕ ਜਿਹੜੀ ਆ ਫਾਈਨਲ ਹੋਈ। ਲੱਗਦਾ ਪਿਆ ਬਿਲਕੁਲ ਪਰਫੈਕਟ ਲੁੱਕ ਹੈਗੀ ਹੈ ਇਸ ਰੋਲ ਵਾਸਤੇ, ਬਾਕੀ ਆਉਣ ਵਾਲੀ ਫਿਲਮ 'ਤੇ ਸਾਨੂੰ ਪਤਾ ਲੱਗ ਜਾਏਗਾ ਕਿੰਨਾ ਕੁ ਜ਼ੂਟ ਕਰ ਰਿਹਾ ਜੀ। ਵੈਸੇ ਤੁਸੀਂ ਬਿਲਕੁਲ ਸਹੀ ਲੁੱਕ ਲੱਗਦੀ ਵੀ ਇੱਕ ਵਿਲਨ ਦੇ ਤੌਰ ਦੇ ਉੱਤੇ। ਥੈਂਕ ਯੂ। ਹੋਰ ਕੁਲਜਿੰਦਰ ਜੀ, ਤੁਸੀਂ ਆਪਣੇ ਕੋ ਐਕਟਰਸ ਬਾਰੇ ਕੁਝ ਦੱਸੋਗੇ ਕਿ ਇਸ ਫਿਲਮ ਵਿੱਚ ਤੁਹਾਡੇ ਕੋ ਐਕਟਰਸ ਕੌਣ ਨੇ ਤੇ ਉਹਨਾਂ ਦਾ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਰਿਹਾ ਕੰਮ ਕਰਨ ਦਾ ਤਜਰਬਾ? ਜੀ, ਬੜੀ ਕਮਾਲ ਦੀ ਕਾਸਟ ਹੈ ਇਹਦੇ ਵਿੱਚ ਨਿਧੀ, ਗੁਰਜਿੰਦ ਜਿਵੇਂ ਕਿ ਮੇਨ ਲੀਡ ਕਰ ਰਹੇ ਆ, ਸੋ ਸਾਰਥੀ ਕੇ ਨੇ ਜਿਨ੍ਹਾਂ ਨੇ ਯਾਰਨ ਮੁੱਲੇ ਟੀਕ 2 ਕੀਤੀ ਆ, ਅਤੇ ਸਿੰਗਰ ਨੇ ਬੜੇ ਮਕਬੂਲ, ਸੋ ਉਹ ਇਹਦੇ 'ਚ ਇੱਕ ਬੜਾ ਸੀਰੀਅਸ ਕਰੈਕਟਰ ਕਰ ਰਹੇ ਨੇ, ਸੋ ਬੜਾ ਹੀ ਦਮਦਾਰ ਕਰੈਕਟਰ ਹੈ ਉਹਨਾਂ ਦਾ। ਸੋ ਆਸ਼ੀਸ਼ ਦੁੱਗਲ ਭਾਅ ਜੀ ਉਹ ਕਰ ਰਹੇ ਨੇ ਇਹਦੇ 'ਚ, ਉਹਨਾਂ ਦਾ ਇੱਕ ਕਰਤਾਰ ਸਿੰਘ ਬਾਕਸਰ ਦਾ ਕਰੈਕਟਰ ਹੈ ਮੇਰੇ ਵੱਡੇ ਭਰਾ ਦਾ, ਸੋ ਉਹ ਹੈਗੇ ਨੇ ਇਹਦੇ 'ਚ। ਅਨੀਤਾ ਦੇਵਗਨ ਮੈਡਮ ਨੇ ਜਿਹੜੇ ਪਹਿਲੀ ਵਾਰ ਇੱਕ ਅਲੱਗ ਹੀ ਨੈਗੇਟਿਵ ਸ਼ੇਡ ਦੇ ਵਿੱਚ ਇਸ ਫਿਲਮ 'ਚ ਨਜ਼ਰ ਆ ਰਹੇ ਨੇ, ਉਹ ਸਾਡਾ ਇੱਕ ਗੈਂਗ ਹੈ,
ਸੋ ਬੜਾ ਅਸੀਂ ਸਾਰੇ ਐਕਟਰ ਜਿਹੜੇ ਨੇ ਹੋਰ ਵੀ ਬਹੁਤ ਬੜੇ ਵਧੀਆ ਵਧੀਆ ਕਲਾਕਾਰ ਇਹਦੇ ਵਿੱਚ ਹੈਗੇ ਨੇ। ਕੁੜੀਆਂ ਜਿਹੜੀਆਂ ਨੇ ਦੋਨੋਂ ਨਵੀਆਂ ਨੇ, ਐਮੀ ਸੇਖੋਂ ਹੈ ਲੜਕੀ ਦਾ ਨਾਂ ਅਤੇ ਇੱਕ ਹੋਰ ਹੈਗੀ ਆ ਬੈਨੀ ਮਾਂਗਟ। ਸੋ ਇੱਕ ਤੀਸਰੀ ਕੁੜੀ ਆ ਉਹਦਾ ਮੈਨੂੰ ਨਾਮ ਨਹੀਂ ਪਤਾ। ਸੋ ਤਿੰਨ ਕੁੜੀਆਂ ਨੇ, ਇੱਕ ਮੇਰੇ ਓਪੋਜ਼ਿਟ ਵੀ ਹੈ। ਸੋ ਮੈਨੂੰ ਰੋਮਾਂਸ ਕਰਨ ਦਾ ਵੀ ਮੌਕਾ ਮਿਲਿਆ ਇਸ ਫਿਲਮ 'ਚ। ਤੁਸੀਂ ਵਿਲਨ ਨੂੰ ਰੋਮਾਂਸ ਕਰਦਾ ਸ਼ਾਇਦ ਨਹੀਂ ਦੇਖਿਆ ਹੋਊਗਾ ਪੰਜਾਬੀ ਫਿਲਮ 'ਚ। ਜੀ 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 ਹਾਂ, ਉਮੀਦ ਕਰਦੇ ਹਾਂ ਜੀ ਕਿ ਇਹ ਫਿਲਮ ਬਾਕੀ ਬਾਕਸ ਆਫਿਸ 'ਤੇ ਹਿੱਟ ਰਹੇਗੀ। ਬਾਕੀ ਜਿਹੜੀਆਂ ਆਮ ਪੰਜਾਬੀ ਫਿਲਮਾਂ ਜਿਹੜੀਆਂ ਹੋਰ ਆ ਰਹੀਆਂ ਨੇ, ਉਹਨਾਂ ਤੋਂ ਤੁਸੀਂ ਕਿੱਦਾਂ ਇਸ ਫਿਲਮ ਨੂੰ ਵੱਖਰਾ ਵੇਖਦੇ ਹੋ? ਆਪਣੀ ਫਿਲਮਾਂ ਨੂੰ ਤਾਂ ਅਸੀਂ ਗੱਲ ਕਰ ਚੁੱਕੇ ਹੈਗੇ ਹਾਂ, ਲੇਕਿਨ ਬਾਕੀ ਫਿਲਮਾਂ ਤੋਂ ਇਹ ਕਿਵੇਂ ਵੱਖਰੀ ਹੋਏਗੀ? ਬਾਕੀ ਮੈਨੂੰ ਲੱਗਦਾ ਵਧੀਆ ਪੰਜਾਬੀ ਫਿਲਮਾਂ ਬਣ ਰਹੀਆਂ ਨੇ, ਇੱਕ ਚੰਗਾ ਦੌਰ ਚੱਲ ਰਿਹਾ। ਸੋ ਪੰਜਾਬੀ ਸਿਨੇਮਾ ਜਿਹੜਾ ਕੰਟੈਂਟ ਵਾਲੇ ਪਾਸੇ ਜਾ ਰਿਹਾ, ਸਟੋਰੀ ਵਾਲੇ ਪਾਸੇ ਜਾ ਰਿਹਾ। ਉਹ ਜਿਹੜੀਆਂ ਆਪਾਂ ਰੋਮ ਕਾਮ ਕਮੇਡੀ ਇੱਕੋ ਤਰ੍ਹਾਂ ਦੀਆਂ ਬਣਾਈ ਜਾ ਰਹੇ ਸੀਗੇ, ਉਹਦੇ 'ਚੋਂ ਬਾਹਰ ਆ ਕੇ ਹਰ ਬੰਦਾ ਐਕਸਪੈਰੀਮੈਂਟ ਕਰ ਰਿਹਾ। ਸੋ ਇਹ ਫਿਲਮ ਵੀ ਇੱਕ ਐਕਸਪੈਰੀਮੈਂਟ ਹੈ, ਇਹ ਟੋਟਲੀ ਆਊਟ ਐਂਡ ਆਊਟ ਇੱਕ ਐਕਸ਼ਨ ਡਰਾਮਾ ਹੈ, ਜਿਹਨੂੰ ਕਹਿ ਲਈਏ ਕਿ ਇਹੋ ਜਿਹਾ ਐਕਸ਼ਨ ਡਰਾਮਾ ਪੰਜਾਬੀ ਆਡੀਅੰਸ ਨੇ ਨਹੀਂ ਦੇਖਿਆ ਹੋਊਗਾ। ਜਿਸ ਲੈਵਲ ਦਾ ਇਸ ਫਿਲਮ ਦਾ ਐਕਸ਼ਨ ਹੈ, ਤੁਸੀਂ ਸਾਊਥ ਦੀਆਂ ਫਿਲਮਾਂ ਜਾਂ ਹਾਈ ਲੈਵਲ ਦੀਆਂ ਜਿਹੜੀਆਂ ਬਾਲੀਵੁੱਡ ਮੂਵੀਜ਼ ਜਾਂ ਹਾਲੀਵੁੱਡ ਮੂਵੀਜ਼ ਹੈ, ਉਹਨਾਂ ਵਿੱਚ ਜਿਹੋ ਜਿਹਾ ਐਕਸ਼ਨ ਦੇਖਦੇ ਹੋ, ਉਹ ਤੁਸੀਂ ਇਸ ਪੰਜਾਬੀ ਮੂਵੀ ਵਿੱਚ ਦੇਖੋਗੇ। ਸੋ ਬੜਾ ਮਸਾਲੇਦਾਰ ਫਿਲਮ ਹੈ। ਗਣੇਸ਼ ਜੀ ਜੁੜੇ ਨੇ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਅੱਛਾ ਇੱਕ ਐਕਸ਼ਨ ਹੋਏਗਾ। ਜੀ ਜੀ, ਇੱਕ ਟੋਟਲ ਐਂਟਰਟੇਨਰ, ਮਸਾਲਾ, ਡਰਾਮਾ, ਉਹ ਸਾਰਾ ਕੁਝ ਇੱਕ ਫਿਲਮੀ ਹੈ, ਮਤਲਬ ਪੂਰੀ ਫਿਲਮੀ ਫਿਲਮ ਹੈ ਜਿਹਨੂੰ ਕਹਿੰਦੇ ਨਾ, ਉਹੋ ਜੀ ਹੈ। ਕੁਲਜਿੰਦਰ ਜੀ, ਤੁਸੀਂ ਇਸ ਫਿਲਮ ਦੇ ਵਿੱਚ ਇੰਨੇ ਟਾਈਮ ਤੋਂ ਜਦੋਂ ਕੰਮ ਕਰ ਰਹੇ ਹੋ, ਕਾਫੀ ਦਿਨ ਹੋ ਗਏ ਹੋਣਗੇ ਸ਼ੂਟ ਕਰਦਿਆਂ, ਕੋਈ ਅਜਿਹਾ ਪਲ ਹੈਗਾ ਜਿਹੜਾ ਇੱਕ ਮਨ 'ਚ ਹਲੇ ਬੈਠਾ ਹੋਇਆ ਕਿ ਬੜਾ ਮਜ਼ਾ ਆਇਆ ਇਸ ਟਾਈਮ 'ਤੇ, ਜਾਂ ਕੁਛ ਕਿਸੇ ਟਾਈਮ ਕੁਛ ਸਿੱਖਣ ਨੂੰ ਮਿਲਿਆ, ਕੋਈ ਇੱਕ ਪਲ? ਕਿਉਂਕਿ ਹਰ ਟਾਈਮ ਜਦੋਂ ਅਸੀਂ ਕੁਛ ਨਾ ਕੰਮ ਕਰਦੇ ਹਾਂ ਤਾਂ ਕੋਈ ਇੱਕ ਪਲ ਹੋ ਜਾਂਦਾ ਜਿਹੜਾ ਯਾਦ ਰਹਿ ਜਾਂਦਾ ਹੈਗਾ, ਹੁਣ ਤੱਕ ਕੋਈ ਇਸ ਤਰ੍ਹਾਂ ਦਾ ਪਲ ਆਇਆ? ਬਹੁਤ ਵਧੀਆ ਮੂਮੈਂਟਸ ਜਾ ਰਹੀਆਂ ਨੇ ਇਸ ਫਿਲਮ ਦੇ ਵਿੱਚ। ਇੱਕ ਤਾਂ ਟੀਮ ਬੜੀ ਐਨਰਜੈਟਿਕ ਹੈ, ਸਾਰੀ ਟੀਮ ਜਿਹੜੀ ਹੈ ਮਤਲਬ ਉਹ ਸਾਰੇ ਐਨਰਜੈਟਿਕ ਨੇ। ਦੂਸਰੇ ਜਿਹੜੇ ਐਕਟਰ ਨੇ ਕੋ ਐਕਟਰਾਂ ਨਾਲ, ਜਦੋਂ ਤੁਸੀਂ ਵਧੀਆ ਵਧੀਆ ਐਕਟਰਾਂ ਨਾਲ, ਸੀਨੀਅਰ ਐਕਟਰਸ ਨਾਲ ਕੰਮ ਕਰਦੇ ਹੋ, ਨੀਤਾ ਜੀ ਇੰਨੇ ਸਾਲਾਂ ਤੋਂ ਲੱਗੇ ਹੋਏ ਨੇ, ਆਸ਼ੀਸ਼ ਦੁੱਗਲ ਜੀ ਨੇ, ਸੋ ਇਹ ਸੀਨੀਅਰ ਐਕਟਰਾਂ ਕੋਲੋਂ ਤੁਸੀਂ ਬਹੁਤ ਕੁਝ ਸਿੱਖਦੇ ਹੋ ਜਦੋਂ ਉਹਨਾਂ ਦੇ ਨਾਲ ਤੁਹਾਨੂੰ ਕੈਮਰਾ ਸ਼ੇਅਰ ਕਰਕੇ ਤੁਸੀਂ ਇੱਕੇ ਫਰੇਮ ਦੇ ਵਿੱਚ ਹੁੰਦੇ ਹੋ। ਸੋ ਕਾਫੀ ਵਧੀਆ ਐਕਸਪੀਰੀਅੰਸ ਹੈ ਓਵਰਆਲ ਹੀ। ਤੁਹਾਡਾ ਦੂਰਦਰਸ਼ਨ ਤੋਂ ਸਜਰੀ ਸਵੇਰ ਤੱਕ ਦਾ, ਹੁਣ ਤੱਕ ਦਾ ਸਫ਼ਰ, ਤੁਸੀਂ ਇਹਨੂੰ ਕਿੱਦਾਂ ਬਿਆਨ ਕਰੋਗੇ? ਤੁਸੀਂ ਕਾਫੀ ਰਿਸਰਚ ਕਰਕੇ ਆਏ ਹੋ। ਵੈਸੇ ਵੀ ਜਾਣਦੇ ਨੇ ਸਭ। ਅੱਛਾ, ਨਹੀਂ ਮੇਰਾ ਸਜਰੀ ਸਵੇਰ ਵਾਲਾ ਮੈਨੂੰ ਲੱਗਦਾ ਬਹੁਤ ਰੇਅਰ ਹੀ ਕਿਸੇ ਨੂੰ ਪਤਾ। ਡੈਫੀਨੇਟਲੀ ਜੀ, ਕੈਮਰੇ ਦੇ ਸਾਹਮਣੇ ਆਉਣ ਦਾ ਜਿਹੜਾ ਮੇਰਾ ਸ਼ੌਂਕ ਸੀਗਾ, ਉਹ ਸਜਰੀ ਸਵੇਰ ਤੋਂ ਹੀ ਪਿਆ ਸੀਗਾ। ਉਹਦਾ ਮੈਂ ਆਡੀਸ਼ਨ ਦਿੱਤਾ ਸੀ ਦੂਰਦਰਸ਼ਨ ਦੇ ਵਿੱਚ, ਪਹਿਲੇ ਆਡੀਸ਼ਨ 'ਚ ਮੈਂ ਰਿਜੈਕਟ ਹੋ ਗਿਆ ਸੀ, ਕਹਿੰਦੇ ਬੜੀ ਗੰਦੀ ਪੰਜਾਬੀ ਬੋਲਦਾ ਤੂੰ, ਜ਼ਮੀਨ ਨਹੀਂ, ਨੁਕਤੇ ਨੁਕਤੇ ਮੇਰੇ ਬੜੇ ਮਾੜੇ ਸੀਗੇ। ਸੋ ਉਹ ਬੜੀ ਮੁਸ਼ਕਲ ਮੈਂ ਆਡੀਸ਼ਨ ਕਰਕੇ, ਉਹ ਮੇਰੀ ਪਹਿਲੀ ਕੈਮਰੇ ਦੇ ਨਾਲ ਇੱਕ ਤਰ੍ਹਾਂ ਦੀ ਮੁਲਾਕਾਤ ਸੀ। ਉੱਤੋਂ ਇਹਦਾ ਐਸਾ ਚਸਕਾ ਪਿਆ ਕਿ ਮੈਂ 2004 'ਚ ਸ਼ੁਰੂ ਕੀਤਾ ਸੀਗਾ ਕੈਮਰੇ ਦੇ ਸਾਹਮਣੇ ਆ ਕੇ ਕੰਮ ਕਰਨਾ, ਅਤੇ 2008 ਦੇ ਵਿੱਚ ਅਸੀਂ ਫਿਰ ਜਦੋਂ ਥੋੜ੍ਹੇ ਬਹੁਤੇ ਪੈਸੇ ਪੂਸੇ ਇਕੱਠੇ ਕਰਕੇ ਆਪਣੇ ਜਿਹੜੇ ਪਲੋਟ ਪਲੂਟ ਲਏ ਸੀ ਜ਼ਮੀਨ ਉਹ ਘਰ ਬਣਾਉਣ ਲਈ ਜਲੰਧਰ ਦੇ ਵਿੱਚ, ਮੈਂ ਅਤੇ ਮੇਰੇ ਪਾਰਟਨਰ ਨੇ, ਅਸੀਂ ਕਿਹਾ ਘਰ ਘੁਰ ਬਾਅਦ 'ਚ ਬਣਾਵਾਂਗੇ ਯਾਰ, ਚੱਲ ਪਹਿਲਾਂ ਫਿਲਮ ਬਣਾਉਂਦੇ ਹਾਂ। ਸੋ ਅਸੀਂ ਫਿਲਮ ਬਣਾਈ ਸੀ ਗੁਰਦਾਸ ਮਾਨ ਸਾਹਿਬ ਨੂੰ ਲੈ ਕੇ, ਮਿੰਨੀ ਪੰਜਾਬ। ਮੈਂ ਉਹਦੇ 'ਚੋਂ ਆਉਣਾ ਸੀਗਾ, ਉਹ ਮੇਰੀ ਲਾਂਚਿੰਗ ਹੋਣੀ ਸੀ ਉਸ ਫਿਲਮ ਦੇ ਵਿੱਚ, ਅਤੇ ਉਹ ਮੇਰੇ ਡਾਇਰੈਕਟਰ ਸਾਹਿਬ ਕਹਿੰਦੇ ਯਾਰ ਤੂੰ ਐਂਕਰਿੰਗ ਉਂਕਰਿੰਗ ਤੱਕ ਹੀ ਠੀਕ ਹੈ, ਤੂੰ ਐਕਟਰ ਨਹੀਂ ਕਰ ਸਕਦਾ। ਡਾਇਰੈਕਟਰ ਸੀਗੇ ਰਿੰਪੀ ਪ੍ਰਿੰਸ। ਸੋ ਉਹਨਾਂ ਨੂੰ ਮੈਂ ਕਿਹਾ ਤੁਸੀਂ ਠੀਕ ਕਹਿ ਰਹੇ ਹੋ, ਪਰ ਮੇਰਾ ਇੱਕ ਆਡੀਸ਼ਨ ਜ਼ਰੂਰ ਲੈ ਲਓ, ਅਤੇ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰਿਓ। ਕਿਉਂਕਿ ਮੈਂ ਬੜਾ ਉਸ ਵੇਲੇ ਕੌਨਫੀਡੈਂਟ ਸੀਗਾ, ਅਤੇ ਮੈਂ ਐਕਟਿੰਗ ਦੀਆਂ ਕਲਾਸਿਸ ਵੀ ਲੈ ਰਿਹਾ ਸੀਗਾ ਬੰਬੇ ਵਿੱਚ ਹੀ, ਅਤੇ ਮੈਂ ਆਪਣੇ ਜਿਹੜੇ ਕਿਰਦਾਰ ਮੈਂ ਕਰਨਾ ਚਾਹੁੰਦਾ ਸੀਗਾ ਉਹਦੇ ਲਈ ਪਰਪੱਕ ਹੋ ਚੁੱਕਾ ਸੀ। ਸੋ ਮੈਂ ਉਹਨਾਂ ਨੂੰ ਕਿਹਾ ਆਡੀਸ਼ਨ ਲਓ, ਉਹ ਕਹਿੰਦੇ ਨਹੀਂ ਆਡੀਸ਼ਨ ਵੀ ਨਹੀਂ ਲੈਣਾ ਤੇਰਾ। ਸੋ ਸਮ ਹੋ ਉਹਨਾਂ ਨਾਲ ਲੜਾਈ ਵੀ ਹੋਈ, ਝਗੜਾ ਵੀ ਹੋਇਆ, ਬਹਿਸ ਵੀ ਹੋਈ, ਪਰ ਗੱਲ ਬਣੀ ਨਹੀਂ, ਅਤੇ ਫਿਰ ਅਲਟੀਮੇਟਲੀ ਉਹ ਮੈਨੂੰ ਆਈਡੀਆ ਡਰੋਪ ਕਰਨਾ ਪਿਆ, ਅਤੇ ਉਹ ਮੇਰਾ ਜਿਹੜਾ ਸੁਪਨਾ ਸੀਗਾ ਐਕਟਰ ਬਣਨ ਦਾ ਉੱਥੇ ਟੁੱਟ ਗਿਆ। ਪਰ ਫਿਰ ਉਹ ਸੁਪਨੇ ਕੱਚੇ ਹੁੰਦੇ ਜਿਹੜੇ ਟੁੱਟ ਜਾਣ ਅਤੇ ਦੁਬਾਰਾ ਪੂਰੇ ਨਾ ਹੋ ਸਕਣ। ਫਿਰ ਮੈਂ ਦੁਬਾਰਾ ਇੱਕ ਫਿਲਮ ਲਿਖੀ ਆਪਣੇ ਲਈ, ਲਿਖੀ ਸੀ ਉਹ ਸਾਡਾ ਹੱਕ। ਹੋਰ ਵੀ ਬਹੁਤ ਸਾਰੇ ਕਾਰਨ ਸੀਗੇ, ਪਰ ਉਹਦੇ 'ਚ ਇੱਕ ਕਾਰਨ ਇਹ ਵੀ ਸੀਗਾ ਕਿ ਮੈਂ ਬਤੌਰ ਐਕਟਰ ਆਪਣੇ ਆਪ ਨੂੰ ਸਾਹਮਣੇ ਲਿਆਉਣਾ। ਸੋ ਉਹ ਬਹੁਤ ਮਕਬੂਲ ਹੋਈ, ਕਾਮਯਾਬ ਹੋਈ, ਸਾਰਿਆਂ ਨੇ ਬਹੁਤ ਪਿਆਰ ਦਿੱਤਾ ਉਸ ਫਿਲਮ ਨੂੰ। ਕੁਲਜਿੰਦਰ ਜੀ, ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪੰਜਾਬ ਸਿੰਘ ਵਿੱਚ ਇੱਕ ਵਿਲਨ ਦਾ ਕਿਰਦਾਰ ਕਰ ਰਹੇ ਹੋ, ਪਰ ਰੋਮਾਂਸ ਕਰਨ ਦਾ ਵੀ ਮੌਕਾ ਮਿਲਿਆ, ਅਤੇ ਕੋਈ ਗੀਤ ਕਰਨ ਦਾ ਵੀ ਮੌਕਾ ਮਿਲਿਆ ਇਸ ਵਿੱਚ? ਅਜੇ ਉਹ ਸ਼ੂਟ ਹੋਣਾ, ਦੇਖੋ ਉਹਦੇ ਬਾਰੇ ਅਜੇ ਡਿਸਕਲੋਜ਼ ਕਰ ਨਹੀਂ ਸਕਦੇ ਕਿਉਂਕਿ ਅਜੇ ਉਹ ਪ੍ਰੋਡਕਸ਼ਨ ਸਟੇਜ ਦੇ ਵਿੱਚ ਆ, ਦੇਖਦੇ ਹਾਂ ਕੀ ਬਣ ਕੇ ਆਉਂਦਾ। ਬਿਲਕੁਲ, ਅਸੀਂ ਵੀ ਦੇਖਣਾ ਚਾਹਾਂਗੇ ਕਿਸ ਤਰ੍ਹਾਂ ਦਾ ਬਣ ਕੇ ਆਉਂਦਾ। ਹੋਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਆਪਣਾ ਕੋਈ ਸੁਨੇਹਾ ਦੇਣਾ ਚਾਹੋਗੇ? ਦਰਸ਼ਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੂੰਗਾ ਕਿ ਜੀ ਪੰਜਾਬੀ ਸਿਨੇਮਾ ਨੂੰ ਜਿੱਦਾਂ ਪਿਆਰ ਕਰ ਰਹੇ ਨੇ, ਪੰਜਾਬੀ ਜਿਹੜਾ ਮਿਊਜ਼ਿਕ ਹੈ
ਉਹ ਪਹੁੰਚ ਗਿਆ ਬਹੁਤ ਦੂਰ ਦੂਰ ਤੱਕ। ਮੈਂ ਹੁਣ ਬੰਬੇ ਰਹਿੰਦਾ, ਬਾਲੀਵੁੱਡ ਰਹਿੰਦਾ, ਅਤੇ ਉੱਥੇ ਵੀ ਲੋਕ ਪੰਜਾਬੀ ਬੋਲਣੀ ਸ਼ੁਰੂ ਕਰ ਗਏ ਨੇ, ਪੰਜਾਬੀ ਗਾਣੇ ਸੁਣ ਸੁਣ ਕੇ ਘੱਟੋ ਘੱਟ ਗਾਣਿਆਂ ਦੀ ਵਰਡਿੰਗ। ਜਿਹੜੇ ਮੈਂ ਦੇਖਦਾ ਮਰਾਠੀ ਲੋਕ ਵੀ ਜਾਂ ਗੁਜਰਾਤੀ ਲੋਕ ਵੀ ਉਹ ਰਹਿੰਦੇ ਆ, ਉਹ ਫਿਰ ਉਹ ਗਾਣੇ ਗੁਣਗੁਣਾ ਕੇ ਸੁਣਾਉਂਦੇ ਨੇ। ਤਾਂ ਮੈਨੂੰ ਲੱਗਦਾ ਇੱਕ ਬੜਾ ਵਧੀਆ ਤਰੀਕਾ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ, ਮਿਊਜ਼ਿਕ ਰਾਹੀਂ, ਸਿਨੇਮਾ ਰਾਹੀਂ, ਆਰਟ ਰਾਹੀਂ, ਲਿਖਤਾਂ ਰਾਹੀਂ, ਉਹ ਸਾਰਾ ਕੁਛ ਤਾਂ ਚੱਲ ਰਿਹਾ। ਸੋ ਸਿਨੇਮਾ ਨੂੰ ਕਿਉਂਕਿ ਮੈਂ ਜੁੜਿਆ ਹੋਇਆ, ਇਸ ਕਰਕੇ ਮੈਂ ਕਹੂੰਗਾ ਵੱਧ ਤੋਂ ਵੱਧ ਪਿਆਰ ਕਰੇ ਆਡੀਅੰਸ। ਕੁਲਜਿੰਦਰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਲਈ ਸਮਾਂ ਕੱਢਿਆ। ਅਸੀਂ ਪੂਰੀ ਉਮੀਦ ਕਰਾਂਗੇ ਕਿ ਤੁਹਾਡੀ ਇਹ ਫਿਲਮ ਜਿਹੜੀ ਹੈ ਹਿੱਟ ਜਾਵੇ ਅਤੇ ਤੁਹਾਨੂੰ ਦੁਬਾਰਾ ਮਿਲਣ ਦਾ ਸਾਨੂੰ ਮੌਕਾ ਮਿਲੇ ਤੁਹਾਡੀ ਫਿਲਮ ਹਿੱਟ ਜਾਣ ਤੋਂ ਬਾਅਦ। ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਇੱਥੇ ਆਉਣ ਲਈ। ਥੈਂਕ ਯੂ। ਇਹ ਸਨ ਜੀ ਕੁਲਜਿੰਦਰ ਸਿੰਘ ਸਿੱਧੂ ਜੀ, ਅਤੇ ਸਾਡੇ ਲਈ ਤਾਂ ਇਹ ਬਿਲਕੁਲ ਇੱਕ ਨਵਾਂ ਤਜੁਰਬਾ ਰਿਹਾ ਇੱਕ ਸੈੱਟ 'ਤੇ ਆ ਕੇ ਇੱਕ ਐਕਟਰ ਨਾਲ ਗੱਲ ਕਰਨ ਦਾ। ਮੈਂ ਹੋਰ ਵੀ ਬਹੁਤ ਸਾਰੇ ਐਕਟਰ ਐਕਟਰਸਿਸ ਨੂੰ ਇੱਥੇ ਮਿਲੀ ਹੈਗੀ ਹਾਂ, ਪੂਰੀ ਕੋਸ਼ਿਸ਼ ਕਰਾਂਗੇ ਜੀ ਉਹਨਾਂ ਨੂੰ ਵੀ ਤੁਹਾਡੇ ਨਾਲ ਮਿਲਾਉਣ ਦੀ। ਫਿਲਹਾਲ ਤੁਸੀਂ ਆਪਣੇ ਕਮੈਂਟਸ ਸਾਨੂੰ ਜ਼ਰੂਰ ਭੇਜਣਾ ਫੇਸਬੁੱਕ 'ਤੇ, ਵਟਸਐਪ ਦੇ ਜ਼ਰੀਏ ਜਾਂ ਈਮੇਲ ਕਰਕੇ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ। ਨਮਸਕਾਰ।